तेरी तेरी हट जा पीछे ਬਾਈ ਅੱਜ ਕਿੱਥੇ ਗੁਆਚਿਆ? ਕੁਛ ਨਹੀਂ ਪਾਉਸਿਆ। ਬਾਈ ਯਾਦ ਹੈ ਕੁਛ? ਅੱਜ ਚੜ੍ਹਦਾ ਵਾਰ ਆ। ਹਾਂ ਪਾਉਸਿਆ, ਯਾਦ ਹੈ। ਆਪਾਂ ਰਾਣੀ ਦੇ ਪਿੰਡ ਜਾਣਾ। ਬਾਈ ਜੇ ਤੂੰ ਕਵੇਂ ਤਾਂ ਘਰੋਂ ਰਾਫਲ। ਨਹੀਂ ਪਾਉਸਿਆ, ਕੁਝ ਜਗ੍ਹਾ ਇਹੋ ਜਿਹੇ ਹੁੰਦੇ ਆ ਜਿੱਥੇ ਰਫਲਾਂ ਅਤੇ ਰੋਬ ਨਹੀਂ ਚੱਲਦੇ। ਚੱਲ ਬਾਈ ਸਤਿ ਸ਼੍ਰੀ ਅਕਾਲ। ਬੇਬੇ ਆ ਢੱਕਣ ਤਾਂ ਲੱਗ ਨਹੀਂ ਰਿਹਾ ਡੋਲੂ ਦਾ। ਸਤਿ ਸ਼੍ਰੀ ਅਕਾਲ। ਮੈਨੂੰ ਲੱਗਦਾ ਕਿਤੇ ਗਵਾਂਢਣ ਨਾਲ ਵੱਟ ਤਾਂ ਨਹੀਂ ਗਿਆ। ਲੈ ਲੱਗ ਗਿਆ। ਪਾਪੂ, ਪਾਪੂ ਜੀ, ਕਿੱਡਾ ਵੱਡਾ ਹੋ ਗਿਆ ਮੇਰਾ ਰਾਣਾ ਪੁੱਤ। ਸਤਿ ਸ਼੍ਰੀ ਅਕਾਲ ਬਾਪੂ ਜੀ, ਪੈਰੀ ਪੈਣਾ। ਜਿੰਦਾ ਰਹੋ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਹੋਰ ਸਭ ਠੀਕ ਠਾਕ ਆ ਬਾਪੂ ਜੀ? ਹਾਂ ਪੁੱਤ। ਆਓ ਬੈਠੋ ਬਾਪੂ ਜੀ। ਚੰਗਾ ਹੋ ਗਿਆ ਬਾਈ ਜੀ ਤੁਸੀਂ ਆ ਗਏ। ਉਹ ਤਾਂ ਰੋਜ਼ ਸਿੰਘ ਮਿੱਟੀ ਚੱਕੀ ਰੱਖਦੇ ਆ।
ਚੰਗਾ ਹੋਇਆ ਬਾਪੂ ਜੀ ਤੁਸੀਂ ਆ ਗਏ। ਹੁਣ ਤਾਂ ਇਹਨਾਂ ਦਾ ਰੋਜ਼ ਰੋਜ਼ ਦਾ ਕਜੀ ਆ। ਮੇਰਾ ਤਾਂ ਜੀ ਕਰਦਾ ਇਹਨਾਂ ਦਾ ਕੰਡਾ ਕੱਢ ਹੀ ਦੇਈਏ, ਮੌਕਾ ਦੀਏ ਰੋਜ਼ ਰੋਜ਼ ਦਾ ਜੱਬ। ਚਲੀਏ ਫਿਰ। ਬਸ ਚਾਹ ਧਰੀ ਪਈ ਹੈ, ਦੋ ਦੋ ਘੁੱਟਾਂ ਪੀ ਕੇ ਜਾਇਓ ਬਾਈ ਜੀ। ਸੱਥ ਚ ਅੱਜ ਫਿਰ ਪੰਚਾਇਤ ਬੈਠੀ ਆ ਬਾਪੂ, ਪਤਾ ਨਹੀਂ ਕਦੋਂ ਮੁੱਕੂਗਾ ਜੀ ਅਕਲੇਸ਼। ਓਏ ਤੂੰ ਫਿਕਰ ਨਾ ਕਰ ਕੁੜੀਏ, ਹੁਣ ਬਾਈ ਧਰਮ ਸਿਉਂ ਆ ਗਿਆ, ਵੇਹਨੇ ਆ ਕਿਹੜਾ ਕੁਸਕਦਾ। ਬਾਈ ਹੋਰਾਂ ਨੇ ਨਾਲੇ ਹੁਣ ਤਾਂ ਹੀ ਇਹੋ ਜਿਹੇ ਮਸਲੇ ਹੀ ਨਿਬੇੜੇ ਆ। ਚੱਲ ਜੈਬ ਸਿਆਂ, ਆਪਾਂ ਚੱਲਦੇ ਹਾਂ ਪੰਚਾਇਤ 'ਚ। ਬਾਈ ਧਰਮ ਸਿਉਂ ਚਾਹ ਪਾਣੀ ਪੀ ਕੇ ਆਜੂ। ਚਲੋ ਬਾਪੂ ਜੀ ਤੁਸੀਂ ਪੀਓ ਚਾਹ, ਅਸੀਂ ਦੇਖਦੇ ਹਾਂ ਜਾ ਕੇ ਕੀ ਬਣਦਾ ਉੱਥੇ। ਚੱਲ ਬਾਈ। ਜੇ ਬਾਈ ਬਾਹਲੀ ਤੜਫਿੜ ਜੀ ਕੀਤੀ ਨਾ ਉਹਨਾਂ ਨੇ ਅੱਜ, ਰੱਬ ਦੀ ਸੋ ਕੰਡਾ ਕੱਢ ਹੀ ਦੇਣਾ। ਉਹ ਤੂੰ ਠੰਡਾ ਰਹੀ, ਤੂੰ ਨਾ ਗਰਮ ਚੱਲੀ, ਬਾਈ ਆਪਦੇ ਹਿਸਾਬ ਨਾਲ ਆਪੇ ਨਿਬੇੜ ਦੂ। ਲੈ ਪੁੱਤ ਚਾਹ ਫੜਾ ਦੇ ਆਪਦੇ ਬਾਪੂ ਨੂੰ। ਸਤਿ ਸ਼੍ਰੀ ਅਕਾਲ ਭੂਆ, ਲੈ ਚਾਹ ਪੀ ਲੈ। ਲੈ ਤਾਈ ਤੂੰ ਵੀ ਲੈ ਲੈ ਚਾਹ। ਕੀ ਗੱਲ ਹੋ ਗਈ? ਲਓ ਜੀ ਦੋ ਦਿਨ ਰਹਿ ਗਿਆ ਹੈ, ਕੁੜੀ ਨੂੰ ਕੰਮ ਲਾਇਆ ਨਾ, ਜੇ ਹੁਣ ਸਿੱਖੂਗੀ ਫੇਰ ਹੀ ਅੱਗੇ ਜਾ ਕੇ ਕਰੂਗੀ। ਆਰਾਮ ਕਰਨ ਦੇ। ਲੈ ਕੋਈ ਗੱਲ ਨੀ, ਚੱਲ ਰਾਣੇ। ਠੀਕ ਹੈ ਜੀ, ਹੁਣ ਲੱਡੂ ਹੀ ਸਿਖਾਉਣੇ ਆ, ਹੋਰ ਤਾਂ ਕੋਈ ਕੰਮ ਰਿਹਾ ਨੀ। ਬਾਪੂ ਜੀ, ਬਾਪੂ ਜੀ ਆ ਲੋ ਚਾਹ ਪੀ ਲੋ। ਉਹ ਬੱਲੇ ਬੱਲੇ ਬੱਲੇ, ਹੈ ਪੁੱਤ ਕਿੰਨਾ ਸਿਆਣਾ ਹੋ ਗਿਆ। ਚੱਲ ਆ ਜਾ ਹੁਣ। ਉਹ ਖੜ ਜਾ ਖੜ ਜਾ, ਦੇਖੀ ਗੁਰੂਆ ਕਿਤੇ ਚੂਹੇ ਟਾਈਮ ਚਾਹ ਨੂੰ ਹੱਥ ਲਾਵੇ। ਮੈਂ ਤੇਰੇ ਵਾਸਤੇ ਕਰਾਰਾ ਇਕੱਠਾ ਕਰਦਾ ਫਿਰਦਾ। ਨਾਲੇ ਗੱਲ ਸੁਣ, ਥਾਣੇਦਾਰ ਦਲੀਪ ਸਿਉਂ ਤੇ ਬਘੇਲ ਸਿਉਂ ਆਏ ਆ, ਉਹ ਕਦੋਂ ਦੇ ਤੇਰੇ ਬਾਰੇ ਪੁੱਛੀ ਜਾਂਦੇ ਹੈਗੇ, ਤੂੰ ਗੁਰੂਆ ਉਹ ਇੱਥੇ ਫਿਰਦਾ। ਅੱਛਾ ਆਹੋ, ਚੱਲ ਤੂੰ ਭਾ ਉਹਨਾਂ ਨੂੰ ਯਾਰ, ਮੈਂ ਆਉਣਾ ਹੈ। ਠੀਕ ਆ, ਜਲਦੀ ਆ ਜੀ। ਚੱਲ ਮੈਂ ਆ ਗਿਆ ਆ ਗਿਆ ਆ ਗਿਆ ਮੈਂ। ਓਏ ਤੂੰ ਆ ਜਾ, ਤੂੰ ਤੂੰ ਇੱਧਰ ਆ ਯਾਰ, ਤੈਨੂੰ ਦੇਖਣਾ ਪੱਡੇ ਖੱਬੀ ਖਾਨ ਨੂੰ, ਹਰ ਰੋਜ਼ ਰੋਜ਼ ਦਾ ਕਜ਼ੀਆ ਚ ਮਕਾਈ ਦੇਣਾ। ਓਏ ਇੱਧਰ ਆ, ਉਹਨੂੰ ਮੈਂ ਕਿਹੜਾ ਭੱਜਿਆ, ਆ ਖੜਾ ਤੇਰੇ ਸਾਹਮਣੇ ਛਾਤੀ ਤਾਣ ਕੇ। ਓਏ ਹੁਣ ਜੇ ਲਲਕਾਰਿਆ ਨਾ ਤਾਂ ਜਿਗਰਾ ਵੀ ਰੱਖੀ, ਵਿਖਾ ਜੋਰ, ਆ ਜਾ। ਓ ਮਾਂ ਛੱਡ ਦੋ ਮੈਨੂੰ ਯਾਰ, ਅੱਜੇ ਨੂੰ ਪੱਡੇ ਪਹਿਲੇ ਨੂੰ ਵੇਖ ਹੀ ਲੈਣਾ। ਓਏ ਵੇਹਲਿਆਂ ਨੂੰ ਤਾਂ ਬਹੁਤ ਸਾਲ ਹੋ ਗਏ, ਉਹਦਾ ਕੱਜੀ ਹੋ ਗਿਆ ਸਾਲਾ। ਕੱਟਣਾ ਕੱਟਾ ਕੱਟੀ ਕੱਢਣਾ ਪੁੱਤ, ਭੌਂਕ ਨਾਲ ਛੇਰ ਨਹੀਂ ਬਣ ਜਾਂਦਾ, ਨਾਲੇ ਤੇਰੇ ਵਰਗੀ ਤੁੱਕੀ ਤਿੱਕੀ ਨਾ ਚੁੱਤੀ ਨਾਲ ਹੀ ਮਸਲਦਾ। ਓਏ ਹੁਣ ਛੇਰ ਬਣ ਕੇ ਗਰ ਜਾ ਤਾਂ ਮੋਕ ਨਾ ਮਾਰੀ ਕੁੱਤਿਆ। ਉਹ ਪੌਸਦੇ ਨੂੰ ਬਾਣ ਇੱਕੋ ਜਿਹੇ ਹੁੰਦੇ ਆ ਚੋਬਰਾ, ਵੇਖੀ ਕਿਤੇ ਵੇਖੀ ਕਿਤੇ ਸੁੱਤੇ ਨਾਗ ਦੀ ਪਟਾਰੀ 'ਚ ਹੱਥ ਪਾ। ਪਕਾਰੇ ਮਾਰਨ ਵਾਲੇ ਨਾਗ ਸਾਨੂੰ ਕੀਲਣੇ ਵੀ ਆਉਂਦੇ ਆ ਤੇ ਕੁਚਲਣੇ ਵੀ। ਉਹ ਤੂੰ ਠੰਡ ਰੱਖ ਜੈਬ ਸਿਆਂ, ਠੰਡ ਉਹ ਵੇਹਣੇ ਇਹਦੀ ਗਰਮੀ ਵਿਖਾਲਾ। ਬੜਾ ਬਕ ਬਕ ਜੇ ਨਾ ਕਰ, ਜੇਡੀ ਦਾਵਾਂ ਨਾ ਤਾਜਾ ਭਰਾ, ਨਾਲੇ ਸਾਨੂੰ ਰਫਲਾਂ ਨਾਲ ਤੇਰੇ ਵਰਗੇ ਤੋਤੇ ਚੰਗੀ ਤਰਾੜ ਆਉਣੇ ਆਉਂਦੇ ਆ। ਓਏ ਰਫਲਾਂ ਤਾਂ ਫਿਰ ਅਸੀਂ ਵੀ ਵਿਆਹ 'ਚ ਫੁੱਟਵਾਂ ਖਿਚਾਉਣੋਂ ਨਹੀਂ ਰੱਖੀਆਂ। ਓਏ ਜੇ ਤੁਸੀਂ ਰਫਲਾਂ ਨਾਲ ਹੀ ਨਿਬੇੜਨੀ ਸੀ ਤਾਂ ਪੰਚਾਇਤ ਕਾਹਦੇ ਵਾਸਤੇ ਸੱਦੀ ਹੈ, ਨਿਬੇੜਾ ਕਰਕੇ ਹੀ ਆ ਜਾਂਦੇ, ਆਪੇ ਦੇਖੀ ਜਾਂਦੀ ਜੋ ਹੁੰਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਓ ਬੈਠੋ। ਕੱਲ ਹਮੇਸ਼ਾ ਇਹਨੇ ਹੀ ਵਧਾਈ ਹੈ ਸਰਪੰਚ ਸਾਹਿਬ, ਉਹ ਨਾਲੇ ਇਹਨੂੰ ਕਹਿ ਦਿਓ ਵੀ ਇਹ ਨਾ ਸਮਝੇ
ਕਿਸੇ ਦੇ ਰੋਹਬ ਥੱਲੇ ਆ ਕੇ ਗਰਜੰਟ ਟਾਹਲੀ ਛੱਡ ਦੂ। ਓਏ ਦੇਖੋ, ਸਾਰੀ ਪੰਚਾਇਤ ਬੈਠੀ ਹੈ ਅਤੇ ਬਾਈ ਧਰਮ ਸਿੰਘ ਹੋਰੀ ਵੀ ਬੈਠੇ ਆ। ਉਹ ਜਿਹੜਾ ਮਸਲਾ ਪਿਆਰ ਨਾਲ ਬੈਠ ਕੇ ਨਿਬੜ ਜੇ, ਉਹ ਇਹੋ ਜਿਹੀ ਰੀਸ ਨਹੀਂ ਹੁੰਦੀ। ਕੁਛ ਨਹੀਂ ਰੱਖਿਆ ਇਹਨਾਂ ਰੌਲੇ ਰੱਪਿਆਂ 'ਚ। ਬਾਪੂ ਸਮਝਾ ਆਪਦੇ ਮੁੰਡੇ ਨੂੰ, ਟਾਹਲੀ ਨਾਜਰਬਾਈ ਦੀ ਆ। ਬਾਈ ਗੱਲ ਕੀ ਆ ਯਾਰ, ਤੁਸੀਂ ਦੁਬਾਰੇ ਕਿਉਂ ਰੌਲਾ ਪਾਇਆ? ਗੱਲ ਕੀ ਹੋਣੀ ਯਾਰ, ਬਾਊਸ ਹੈ ਗੱਲ ਦਾ, ਤੈਨੂੰ ਪਤਾ ਹੀ ਹੈ ਯਾਰ। ਕਿਹੜੀ ਗੱਲ ਪਿੱਛੇ ਕਲੇਸ਼ ਪੈਂਦਾ ਹੁੰਦਾ? ਨਾਲੇ ਗੱਲ ਮੈਂ ਥੋੜ੍ਹੀ ਵਧਾਈ ਆ, ਇਹਨੂੰ ਪੁੱਛੋ ਜਿਹੜਾ ਗੱਲ ਵਧਾਉਂਦਾ ਗਾ। ਜਦੋਂ ਟਾਹਲੀ ਮੇਰੀ ਵੱਟ 'ਤੇ ਆ, ਮੇਰੇ ਖੇਤ 'ਚ ਆ, ਤਾਂ ਮੇਰਾ ਹੱਕ ਹੀ ਹੋਇਆ ਉਹਦੇ 'ਤੇ। ਕਦਾ ਹੱਕ ਤੇਰਾ ਹੋਏ? ਜਦੋਂ ਪੈਲੀ ਸਾਡੀ, ਵੱਟ ਸਾਡੀ, ਟਾਹਲੀ ਸਾਡੀ ਹੋਈ ਨਾ, ਤੇਰਾ ਕਦਾ ਹੱਕ ਬਣਦਾ ਉਹ ਵੱਡੇ ਨਗੌਰੀ ਦਾ? ਮੇਰੀ ਗੱਲ ਸੁਣ, ਹੋਰ ਨਾ ਮੈਥੋਂ ਖੁੰਨੇ ਸਜਾਲੀ, ਬਾਲਾ ਨਾ ਬੋਲੀ। ਚੱਲ ਮੈਂ ਤੈਨੂੰ ਦੱਸਾਂ, ਆਪਦੀ ਜੀਭ ਨੂੰ ਆਪਦੇ ਮੂੰਹ 'ਚ ਹੀ ਰੱਖ। ਤੇਰੇ ਅਰਗੇ ਨਾ ਜਵਾਨੀ ਦੇ ਬੰਦੇ ਨਾ ਇਹੋ ਹੀ ਗੱਲ ਕਰੀਦੀ ਆ, 24 ਘੰਟੇ ਲੋਕਾਂ ਦਾ ਹੱਕ ਦੱਬਣ ਨੂੰ ਪੂਛ ਚੱਕੀ ਰੱਖਦਾ। ਮੈਂ ਤੈਨੂੰ ਇੱਕ ਗੱਲ ਦੱਸਾਂ, 100 ਰੱਸਾ ਸਿਰੇ 'ਤੇ ਗੰਢ, ਠੀਕ ਹੈ? ਟਾਹਲੀ ਨਾਜਰ ਸਿੰਘ ਦੀ ਸੀ ਅਤੇ ਨਾਜਰ ਸਿੰਘ ਦੇ ਘਰ ਜਾਓ। ਇਹ ਤਾਂ ਫਿਰ ਹਿੱਕ ਦਾ ਜ਼ੋਰ ਹੀ ਦੱਸੋ, ਟਾਹਲੀ ਕਿਹਦੇ ਘਰ ਜਾਊ? ਉਹ ਕਿਉਂ ਗੱਲ ਵਧਾਈ ਜਾਂਦੇ ਹੋ? ਜਾਣ ਦਿਓ ਪੁੱਤਰੋ, ਜਾਣ ਦਿਓ ਗੁੱਸੇ ਨੂੰ, ਮਿਹਨਤ ਆ ਮੇਰੀ। ਬਾਪੂ ਮਿਹਨਤਾਂ ਸਾਡੀਆਂ ਨਾ ਕਰ, ਆਪਦੇ ਮੁੰਡੇ ਦੀਆਂ ਕਰ। ਇਹਨੂੰ ਘਰੇ ਲੈ ਜਾ, ਸਮਝਾ ਇਹਨੂੰ। ਏਜੰਟਿਆ ਸਿਆਣਾ ਬਣ, ਧੀਰਜ ਕਰ, ਕੁਝ ਨਹੀਂ ਪਿਆ ਲੜਾਈਆਂ ਪੜਾਈਆਂ 'ਚ। ਉਹ ਤੂੰ 3 'ਚੋਂ ਨਾ 13 'ਚੋਂ ਸਾਡੀ ਗੱਲ 'ਚ ਕਿਵੇਂ ਬੋਲ ਸਕਦਾ ਤੂੰ, ਕੌਲੀ ਚੱਟ? ਗੱਲ ਸੁਣੋ, ਇਹਨੂੰ ਫਾਲਤੂ ਬੋਲਣ ਦੀ ਲੋੜ ਨਹੀਂ ਮੈਂ ਦੱਸਾਂ, ਕੌਲੀ ਚੱਟ ਨਾਲੇ। ਹੋਰ ਮੇਰੀ ਗੱਲ ਸੁਣਾ ਬੁੜਿਆ, ਇਹ ਗੱਲ ਤਾਂ ਹੁਣ ਵਧੂਗੀ, ਠੀਕ ਹੈ ਨਾ? ਨਾਲ ਟਾਹਲੀ ਮੇਰੀ ਸੀ ਅਤੇ ਮੇਰੇ ਘਰ ਹੀ ਜਾਊ। ਤੁਸੀਂ ਹਜੇ ਸਾਡੀ ਨਰਮਾਈ ਦੇਖੀ ਹੈ, ਗੁੱਸਾ ਨਹੀਂ? ਓਏ ਆ ਜਾ ਫਿਰ, ਅੱਜ ਤੇਰਾ ਗੁੱਸਾ ਹੀ ਵੇਖਣਾ, ਨਾਲੇ ਪਤਾ ਲੱਗ ਜੂ ਮਾਂ ਦੇ ਦੁੱਧ 'ਤੇ ਪਲਿਆ ਕਿ ਚੁੰਗੜੀਆਂ 'ਤੇ। ਉਹ ਚੁੰਗੜੀਆਂ ਦੇ ਦੁੱਧ 'ਤੇ ਕਿਹੜਾ ਪਲਿਆ ਅਤੇ ਮਾਂ ਦੇ ਦੁੱਧ 'ਤੇ ਕਿਹੜਾ, ਇਹ ਤਾਂ ਹੱਥ ਜੁੜਿਆ ਤੋਂ ਹੀ ਪਤਾ ਲੱਗੂ। ਓਏ ਆ ਜਾ ਫਿਰ, ਦੋ ਹੱਥ ਵੇਖ ਹੀ ਲੈਂਦੇ ਆ। ਵੇਖ ਹੀ ਲੈਂਦੇ ਆ। ਓਏ ਆ ਜਾ, ਤੇਰੀ ਤਾਂ ਕਿਹਨੂੰ ਹੈ ਕਮਲਿਓ? ਉਹ ਕਿਉਂ ਗੱਲ ਨੂੰ ਫੇਰ ਵਧਾਈ ਜਾਂਦੇ ਹੋ? ਅਸੀਂ ਬੈਠੇ ਤਾਂ ਹਾਂ ਇੱਥੇ ਸਾਰੀ ਗੱਲ ਨਿਬੇੜਨ ਨੂੰ। ਬਾਈ ਧਰਮ ਸਿੰਘ ਜੀ, ਤੁਸੀਂ ਇਲਾਕੇ ਦੇ ਇੱਕ ਮੋਤਬਰ ਅਤੇ ਸੁਲਝੇ ਹੋਏ ਬੰਦੇ ਹੋ, ਤੁਹਾਡੀ ਆਖੀ ਕੋਈ ਮੋੜਦਾ ਵੀ ਨਹੀਂ, ਤੁਸੀਂ ਕਰੋ ਫੈਸਲਾ। ਸਰਪੰਚ ਸਾਹਿਬ, ਤੁਸੀਂ ਟਾਹਲੀ ਗੁਰਜੰਟ ਨੂੰ ਦੇ ਦਿਓ। ਸਾਹਿਬ ਤੁਸੀਂ ਲਿਖਤ ਕਰਾਓ, ਬਾਕੀ ਮੈਂ ਦੇਖਦਾ। ਹਾਂ ਵੀ ਤਾਰਾ ਸਿਆਂ, ਤੁਸੀਂ ਲਿਖਤ ਕਰੋ ਅਤੇ ਕਰਾਓ ਸਾਰਿਆਂ ਦੇ ਦਸਖਤ।
ਹਾਏ ਮੈਂ ਮਰ ਗਈ। ਬੇਬੇ ਰੋ ਕੇ ਇਹਨਾਂ ਨੂੰ ਕਿੱਧਰੋਂ ਚੱਲਿਆ ਲੈ ਕੇ ਚੱਲਿਆ ਫਿਰ ਰੱਖ ਦੇ ਇਹਨੂੰ ਮਹਾ ਛੱਡ ਦੋ ਮੈਨੂੰ ਵਾਸਤਾ ਰੁਕ ਸਾਡੇ ਦੇ ਪੇਟ ਤੋਂ ਚੂਰ ਵਾਲਾ ਜੀ ਫੜਦਾ ਬੇਬੇ ਅੱਜ ਜਾ ਤਾਂ ਮੈਂ ਨਹੀਂ ਤੇ ਜਾਓ ਮੈਂ ਇਸ ਪੱਤੇ ਹੋਏ ਕਰ ਤੇ ਪੀੜੀਆਂ ਤੱਕ ਤਾਬ ਨਹੀਂ ਆਉਂਦੇ ਮੈਂ ਪੁੱਤ ਹੋਸ਼ ਜਾ ਮੈਂ ਤਾਂ ਰੱਖ ਦੇ ਇਹਨੂੰ ਕਮਲ ਦਾ ਮਾਰ ਹੋਸ਼ ਕਰ ਮੈਂ ਤਾਂ ਹੋਸ਼ ਜੀ ਬੇਬੇ ਹੋਸ਼ ਤੇ ਕਾਣੇ ਤੋਂ ਮੈਂ ਕਰੇ ਸੱਪ ਦੀ ਲੈ ਕੇ ਆਉਣੀ ਆ ਅੱਜ ਨਹੀਂ ਪਤਾ ਮੇਰੇ ਹੱਥੋਂ ਛੱਡਦੇ ਭਾਈ ਮੈਂ ਕਹਿ ਛੱਡਦੇ ਆ ਮੇਰੇ ਸਾਹ ਮੇਰੇ ਤੋਂ ਕਾਲਾ ਨਾ ਪਏ ਅੱਜ ਤੈਨੂੰ ਹੱਡਾਂ ਤੇ ਹੰਡਾਏ ਸੰਤਾਪ ਦਾ ਉਹ ਸ਼ੀਸ਼ਾ ਦਿਖਾਉਣਾ ਜਿੰਨੇ ਮੱਥੇ ਤੇ ਉਜਾੜੇ ਦੀ ਲਕੀਰ ਬਣਾ ਦਿੱਤੀ ਵੋਟਾਂ ਸਿਰ 'ਤੇ ਹੈ ਉਹ ਮਖਿਆ ਫਿਰ ਆਇਆ ਨਹੀਂ ਜਾਣਾ ਕਿਤੇ ਵੋਟਾਂ ਕਰਕੇ ਆਪਣਾ ਹੀਰੇ ਵਰਗਾ ਯਾਰ ਹੀ ਨਾ ਰਸਾ ਲਈਏ ਓਏ ਜਾ ਭਰਾਵਾ ਤੁਹਾਡੇ ਵਰਗੇ ਬੰਦਿਆਂ ਦੇ ਨਾਲ ਰੁਸ ਕੇ ਦੱਸ ਅਸੀਂ ਕਿੱਥੇ ਜਾਵਾਂਗੇ ਉਹ ਨਾਲੇ ਬਾਈ ਫਿਰ ਤਾਂ ਸਾਨੂੰ ਪੁਲਿਸ ਤੀਜੇ ਦਿਨ ਹੀ ਚੱਕ ਕੇ ਲੈ ਜੂਗੀ ਉਹ ਵੀ ਦਾਰੂ ਦਾ ਮੁਕੱਦਮਾ ਠੋਕ ਕੇ ਓਹੋ ਉਹ ਭਰਾਵੋ ਪੁਲਿਸ ਤਾਂ ਆ ਬੈਠੀ ਹੈ ਆ ਧਰਮ ਸਿਉਂ ਦੀ ਰੂੜੀ ਮਾਰਕਾ ਦੀ ਗੁਲਾਮ ਹੋਈ ਲੈ ਦੱਸ ਉਹ ਅਫਸਰ ਉਹ ਤੁਹਾਡੇ ਨਾਲੋਂ ਦਾਰੂ ਚੰਗੀ ਹੋ ਗਈ ਬਈ ਲੋਕ ਤਾਂ ਕਹਿੰਦੇ ਐ ਨੂਣ ਖਾ ਕੇ ਹਰਾਮ ਨਹੀਂ ਕਰੀਦਾ ਤੇ ਅਸੀਂ ਤਾਂ ਧਰਮ ਸਿਆਂ ਨੂਣ ਨਾਲ ਤੇਰੀ ਦਾਰੂ ਵੀ ਪੀਤੀ ਹੈ ਨਾਲੇ ਆਪਾਂ ਭੱਜੇ ਆ ਕਿਸੇ ਗੱਲੋਂ ਇਹਨੂੰ ਕਿਹਾ ਵੀ ਭਾਵੇਂ ਬੰਦਾ ਮਾਰ ਕੇ ਆ ਜੀ ਯਾਰਾਂ ਕੋਲੇ ਤੈਨੂੰ ਤੱਤੀ ਵਾਰ ਨਹੀਂ ਲੱਗਣ ਦਿੰਦੇ ਸਹੀ ਹੈ ਲੈ ਬਈ ਆ ਬੈਠੀ ਹੈ ਸਰਕਾਰ ਆ ਬੈਠਾ ਥੜ ਉਹ ਬਾਈ ਤੂੰ ਚਾਹੇ ਸਾਰਾ ਪਿੰਡ ਮਾਰ ਦੇ ਲੈ ਬਈ ਜਗਣਾ ਲਾਉਂਦਾ ਗੱਲ ਸਿਰੇ ਉਹ ਲੈ ਵੀ ਧਰਮ ਸਿਆਂ ਹੁਣ ਨਹੀਂ ਡਾ ਦਿੰਦੇ ਕਿਸੇ ਨੂੰ ਬਸ ਦੱਬੀ ਚੱਲ ਕਿੱਲੀ ਉਹ ਨਾਲੇ ਇੱਕ ਗੱਲ ਹੋਰ ਉਹ ਨਾਜਰ ਕੇ ਨਹੀਂ ਕੁਸਕੇ ਹੁਣ ਓਏ ਉਹੀ ਜਿਨ੍ਹਾਂ ਦਾ ਟਾਲੀ ਟੁੱਲੀ ਦਾ ਰੌਲਾ ਸੀ ਤੇਰੇ ਨਾਲ ਓ ਯਾਰ ਕੀ ਆਖਾਂ ਉਹਨਾਂ ਬੰਦਿਆਂ ਦਾ ਫੁਕਾਰੇ ਜੇ ਮਾਰਨੋਂ ਹਟਦੇ ਨਹੀਂ ਮੇਰਾ ਧੜਾ ਤਾਂ ਕਿ ਲੈ ਫਿਰ ਕੱਢ ਦੇ ਕੰਡਾ ਓਏ ਜੇ ਹੁਣ ਨਾ ਲਾਈ ਗੱਲ ਸਿਰੇ ਤਾਂ ਫਿਰ ਲਾਵਾਂਗੇ ਕਦੋਂ ਉਹ ਬਾਪੂ ਜੀ ਕਿੱਥੇ ਦੀਂਦੇ ਨੇ ਗਏ ਬਾਪੂ ਜੀ ਇੱਥੇ ਕਿਤੇ ਹੋਣੇ ਆ ਮੈਂ ਤਾਂ ਵੇਖੇ ਨਹੀਂ ਸਵੇਰ ਦੇ ਹੈ ਉਹ ਤਾਂ ਖੇਤਾਂ ਨੂੰ ਗਏ ਹੋਏ ਨੇ ਤੜਕੇ ਦੇ ਅੱਛਾ ਖੇਤ ਚਲੇ ਗਏ ਹਾਂਜੀ ਮੈਂ ਵੀ ਕਿਹੜਾ ਲਾਉ ਨਾ
ਮੁੜ ਕੇ ਤਾਂ ਟਾਈਮ ਨਹੀਂ ਲੱਗਣਾ ਹੈ ਨਾ। ਜੇ ਚਾਹ ਬਣੀ ਤਾਂ ਪਾ ਦਿਓ। ਬਣੀ ਪਈ ਆ। ਦਿਓ ਨਾ ਬਣੀ ਆ। ਹਾਂ ਵੀਰੇ ਚਾਹ ਬਣੀ ਹੋਈ ਆ, ਮੈਂ ਫੜਾਉਣੀ ਆ। ਬੱਲੇ ਬੱਲੇ ਪਾ ਕੇ ਰੱਖੀ ਆ। ਚਲੋ ਮੈਂ ਜਾ ਆਉਣਾ ਹੈ। ਹਾਂਜੀ ਹਾਂਜੀ ਠੀਕ ਹੈ। ਉਹ ਕਿਵੇਂ ਆ, ਉੱਠ ਪਿਆ? ਹਾਂ ਬਾਈ ਉੱਠ ਗਿਆ ਉੱਠ ਗਿਆ। ਉਹ ਲੱਗਦਾ ਨਹੀਂ ਸੀ ਇੰਨੀ ਸੰਧਿਆ ਉੱਠੇਗਾ, ਜੋ ਹਾਲ ਸੀ ਤੇਰੇ। ਉਹ ਬਾਈ ਮਸਾਂ ਹੀ ਲੱਤਾਂ ਮਾਰ ਮਾਰ ਕੇ ਠਾਇਆ ਉਹਨੂੰ ਤਾਂ ਮੈਂ। ਲੈ ਬਾਈ ਮੈਨੂੰ ਤਾਂ ਚਾਈ ਬੜਾ, ਮੈਂ ਸਾਰੀ ਰਾਤ ਸੁੱਤਾ ਨਹੀਂ। ਮੈਂ 5 ਵਜੇ ਦਾ ਉੱਠਾ, ਆਪ 12 ਵਜੇ ਉੱਠ ਕੇ ਮੈਨੂੰ ਕਹਿੰਦੇ ਆ। ਲੈ ਆਹੋ ਆਹੋ ਆ ਉਹ ਪਰੌਂਠੇ ਬਣੇ ਅਕਲੀ ਤਾਂ ਲੱਡੂ ਨਾਲ ਸਰ ਗਏ। ਧਰਮੇ ਪੁੱਤ ਤੂੰ ਇੱਧਰ ਕੀ ਲੈਣਾ ਹੈ, ਘਰੇ ਰਹਿਣਾ ਸੀਗਾ। ਚੱਲ ਵਾਪਸ ਚੱਲ 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 ਪੁੱਤ ਵਾਪਸ ਚੱਲ। ਕਿਉਂ ਇੰਨਾ ਤੂੰ ਤੂੰ ਘਰੇ ਚੱਲ ਬਾਪੂ, ਘਰੇ ਘਰੇ ਇੰਨੇ ਕੰਮ ਹੈ ਘਰੇ ਬੱਬੂ ਹੁਣੀ ਹੈਗੇ ਆ, ਸਾਂਭ ਲੈਣਗੇ ਸਭ ਕੁਝ। ਤੂੰ ਘਬਰਾਇਆ ਕਿਉਂ ਇੰਨਾ, ਚੱਲ ਪੁੱਤ ਕੀ ਗੱਲ ਹੋਈ ਆ? ਕੁਛ ਨਹੀਂ ਪੁੱਤ, ਕੁਛ ਨਹੀਂ ਹੋਇਆ ਬਾਪੂ। ਗੱਲ ਕੀ ਹੋਈ? ਕੁਛ ਨਹੀਂ ਆ, ਚਲੀਏ ਆ ਘਰੇ ਚੱਲੀਏ। ਬਾਈ ਬੁੜਾ ਤਾਂ ਤੁਹਾਡਾ ਗੁੱਸਾ ਦੇਖ ਕੇ ਪਿੱਛੇ ਨੂੰ ਭੱਜ ਗਿਆ, ਕਿਤੇ ਧਰਮੇ ਨੂੰ ਤਾਂ ਨਹੀਂ ਬੁਲਾਉਣ ਗਿਆ? ਤੇ ਸੱਦ ਲਿਆਵੇ ਫਿਰ, ਧਰਮੇ ਨੂੰ ਛੱਡ ਪਾਵੇ ਸਾਰੇ ਪਿੰਡ ਨੂੰ ਸੱਦ ਲਿਆਵੇ, ਆਪਾਂ ਨੂੰ ਡਰ ਮਾਰਿਆ। ਅੱਜ ਤਾਂ ਜੇ ਆ ਵੀ ਗਏ ਨਾ ਤੇ ਮੈਂ ਇਹਨਾਂ ਦੇ ਫੈਰ ਦੇਖੀ ਮਾਰਦਾ ਸਾਲਿਆਂ ਦੇ। ਤੂੰ ਲਾ ਟੱਕ ਲਾ ਧਰਮੇ, ਰੁਕ ਜਾ ਪੁੱਤ ਰੁਕ ਜਾ। ਓਏ ਨਾਜਰਾ, ਨਾਜਰਾ ਖਬਰਦਾਰ, ਜੇ ਸਾਡੀ ਟਾਲੀ ਨੂੰ ਹੱਥ ਲਾਇਆ। ਅੱਛਾ ਕੀ ਕਰੇਂਗਾ ਤੂੰ? ਨਾਲੇ ਨਾਜਰ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਜਿਹੜੀ ਚੀਜ਼ 'ਤੇ ਨਾਜਰ ਦੀ ਨਜ਼ਰ ਆ ਜਾਂਦੀ ਹੈ ਨਾ, ਉਹ ਚੀਜ਼ ਨਾਜਰ ਦੀ ਹੋ ਜਾਂਦੀ ਹੈ। ਤਾਂ ਤੇਰੀ ਨਜ਼ਰ ਕੱਲ੍ਹ ਟਿਕਾਣੇ 'ਤੇ ਪੈ ਗਈ, ਤੇਰੀ ਨਜ਼ਰ ਹੀ ਭੰਨਣੀ ਪੈਣੀ ਆ। ਜਾਣ ਦੇ ਪੁੱਤ ਧਰਮੇ, ਜਾਣ ਦੇ ਗੁੱਸੇ ਨਾ ਬਾਪੂ। ਧਰਮ ਸਿਆਂ ਬਾਪੂ ਦੀ ਗੱਲ ਮੰਨ, ਤੇ ਜਿੰਨੇ ਪੈਰੀ ਆਇਆ ਨਾ ਚੁੱਪ ਚਾਪ ਘਰ ਨੂੰ ਚਲਾ ਜਾ। ਘਰੇ ਵਿਆਹ ਰੱਖਿਆ ਹੋਇਆ ਨਾ, ਭੈਣ ਦੇ ਵਿਆਹ ਦੀ ਤਿਆਰੀ ਕਰ, ਕਿਤੇ ਹੋਰ ਵਿਆਹ ਦੇ ਵਿੱਚ ਬੀ ਦਾ ਲੇਖਾ ਨਾ ਭੇਜੇ। ਤਾਂ ਮੇਰੀ ਗੱਲ ਵੀ ਸੁਣ ਲਾ, ਇਹ ਪੈਲੀ ਮੇਰੀ ਆ, ਵੱਟ ਮੇਰੀ ਆ, ਤੇ ਟਾਲੀ ਵੀ ਮੇਰੀ ਆ। ਚੱਕ ਆਪਦੀ ਕਤੀੜ ਨੂੰ ਤੇ ਦਫਾ ਜਾ ਇੱਥੋਂ। ਧਰਮ ਸਿਆਂ ਇਹ ਵੱਟ ਵੀ ਮੇਰੀ ਹੈ, ਇਹ ਟਾਲੀ ਵੀ ਮੇਰੀ ਹੈ, ਮੈਂ ਦੇਖਦਾ ਇੱਥੋਂ ਮੈਨੂੰ ਕੌਣ ਹਟਾਉਂਦਾ। ਫੜਾ ਚਾਂਟੇ ਨਾ ਫੜਾਏ। ਤੇਰੀ ਛੱਡ ਦੇ ਤੂੰ।
ਔਰਤਾ ਮਾਰਤਾ ਓਏ ਧਰਮੇ ਪੁੱਤ ਧਰਮੇ ਆ ਕੀ ਹੋ ਗਿਆ ਧਰਮੇ ਪੁੱਤ ਉਹ ਧਰਮੇ ਨੇ ਜੰਟਾ ਮਾਰਤਾ ਓਏ ਓ ਲੱਕੋ ਉਹ ਧਰਮੇ ਨੇ ਜੰਟਾ ਮਾਰਤਾ ਓਏ ਨਾਲੇ ਆਪਾਂ ਭੱਜੇ ਹਾਂ ਕਿਸੇ ਗੱਲੋਂ ਇਹਨੂੰ ਕਿਹਾ ਵੀ ਭਾਵੇਂ ਬੰਦਾ ਮਾਰ ਕੇ ਆ ਜੀ ਯਾਰਾਂ ਕੋਲੇ ਤੈਨੂੰ ਤੱਤੀ ਵਾਰ ਨਹੀਂ ਲੱਗਣ ਦਿੰਦੇ ਲੈ ਫਿਰ ਕੱਢ ਦੇ ਕੰਡਾ ਓਏ ਜੇ ਹੁਣ ਨਾ ਲਾਈ ਗੱਲ ਸਿਰੇ ਤਾਂ ਫਿਰ ਲਾਵਾਂਗੇ ਕਦੋਂ ਲੈ ਬਾਈ ਆ ਬੈਠੀ ਹੈ ਸਰਕਾਰ ਆ ਬੈਠਾ ਥਣ ਉਹ ਬਾਈ ਤੂੰ ਚਾਹੇ ਸਾਰਾ ਪਿੰਡ ਮਾਰ ਦੇ ਕੋਈ ਆਪਣੀ ਜ਼ਿੰਦਗੀ ਦੇ 20 ਮਿੰਟ ਨਾ ਕਿਸੇ ਨੂੰ ਦੇਵੇ ਪਰ ਮੇਰੀ ਜ਼ਿੰਦਗੀ ਦੇ 20 ਕੀਮਤੀ ਸਾਲ ਇੱਕ ਟਾਲੀ ਦੀ ਭੇਟ ਚੜ ਗਏ ਇੱਕ ਹੱਸਦੇ ਵਾਸਤੇ ਘਰ ਦੀ ਨੀਂਹ 'ਚ ਲੱਗੀਆਂ ਇੱਟਾਂ ਵਰਗੇ ਦੋ ਇਨਸਾਨ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਜਾ ਪਏ ਮੈਂ ਅਤੇ ਮੇਰਾ ਬਾਪੂ ਮੇਰੇ ਬਾਪੂ ਸਰਦਾਰ ਕਪੂਰ ਸਿੰਘ ਵਰਗਾ ਖਾਨਦਾਨੀ ਬੰਦਾ ਕਾਲ ਕੋਠੜੀ ਦੀਆਂ ਲੰਮੀਆਂ ਰਾਤਾਂ ਨੂੰ ਇੱਕ ਮਹੀਨਾ ਵੀ ਨਾ ਚੱਲ ਸਕਿਆ ਅਤੇ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਨਿੱਕੀ ਭੈਣ ਦਾ ਭਾਵੇਂ ਚੁੰਨੀ ਚੜਾਵਾ ਹੋ ਗਿਆ ਪਰ ਪਿੱਛੇ ਬਚੀ ਮੇਰੀ ਧੀ ਅਤੇ ਉਹਦੀ ਅਪਾਗੀ ਮਾਂ ਗਲੀ ਦੇ ਮੋੜਾਂ 'ਤੇ ਮੈਲੀ ਅੱਖ ਨਾਲ ਤੱਕਦੇ ਰਹੇਗੀ ਸੀਤੋ ਤੋਂ ਬਰਦਾਸ਼ਤ ਨਾ ਹੋਏ ਅਤੇ ਉਹ ਆਪਣੇ ਭੁੱਖ ਵਾਸਤੇ ਘਰ ਨੂੰ ਜਿੰਦਾ ਲਾ ਕੇ ਆਪਣੇ ਪੇਕੇ ਜਾ ਬੈਠੀ ਆਪਣੇ ਸਿਰ ਦੇ ਸਾਈ ਦੇ ਹੁੰਦਿਆਂ ਵੀ ਉਹਨੇ ਆਪਣੀ ਜਵਾਨੀ ਦੇ ਬਾਕੀ ਸਾਲ ਰੰਡੇ ਪੇ ਵਾਂਗ ਹੰਡਾਏ ਅਤੇ ਆਪਣੇ ਹਮ ਸਫ਼ਰ ਦੀ ਲੰਮੀ ਉਡੀਕ ਮਗਰੋਂ ਆਖਿਰ ਇੱਕ ਦਿਨ ਉਹ ਵੀ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਕਹਿਣ ਨੂੰ ਤਾਂ ਉਹ ਰਫਲ 'ਚੋਂ ਚੱਲੀ ਇੱਕ ਗੋਲੀ ਸੀ ਪਰ ਇੱਕੋ ਗੋਲੀ ਮੇਰਾ ਸਭ ਕੁਛ ਕਤਲ ਕਰ ਗਈ ਇਸੇ ਕਰਕੇ ਰਾਣੀ ਦੀ ਜੰਝ ਇਹਦੇ ਨਾਨਕੇ ਘਰ ਟੁੱਕੀ ਸੀ ਬਾਪੂ ਤੁਹਾਡੇ ਹੱਥੋਂ ਕਦੇ ਕਤਲ ਹੋਇਆ ਇਹ ਤਾਂ ਮੈਨੂੰ ਪਤਾ ਸੀ ਪਰ ਸਮੇਂ ਦੇ ਟੋਕੇ ਵਿੱਚ ਕੀ ਕੁਤਰਿਆ ਗਿਆ ਇਹ ਨਹੀਂ ਪਤਾ ਸੀ ਮੈਨੂੰ ਸ਼ੁਕਰ ਆ ਰੱਬਾ ਤੇਰਾ ਹਮ
ਕਿਆ ਸਰਪੰਚ ਸਾਹਿਬ? ਲਓ ਜੀ ਪੁੱਤਰ ਦਸਖਤ ਕਰ ਦੇ। ਕਿਹਨੇ ਲਿਖੀ ਇਹ ਲਿਖਤ ਸਰਪੰਚ ਸਾਹਿਬ? ਕਿਹਨੇ ਕੀਤੀ ਇਹ ਲਿਖਤ? ਮੈਂਬਰ ਪੰਚਾਇਤ ਤਾਰਾ ਸਿਓ ਨੇ ਕੀਤੀ ਹੈ। ਕਿਉਂ, ਕੀ ਹੋਇਆ? ਗਲਤ ਆ ਇਹ ਲਿਖਤ, ਮੈਂ ਨਹੀਂ ਮੰਨਦਾ ਇਸ ਲਿਖਤ ਨੂੰ। ਪਰ ਕੀ ਗਲਤ ਹੈ ਜੈਪ ਸਿਆਂ? ਆਹੀ ਕਿ ਇੱਕ ਟਾਲੀ ਗੁਰਜੰਟ ਸਿੰਘ ਨੂੰ ਦਿੱਤੀ, ਪਰ ਉਸੇ ਵੱਟ 'ਤੇ ਇੱਕ ਹੋਰ ਟਾਲੀ ਆ ਕਿ ਅਜੇ ਛੋਟੀ ਆ। ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਸਾਡੇ ਬੱਚੇ ਫਿਰ ਇਹਨਾਂ ਟਾਲੀਆਂ ਕਿੱਕਰਾਂ ਦੇ ਝਗੜੇ 'ਚ ਪੈਣ ਅਤੇ ਕਿਸੇ ਦੀ ਜ਼ਿੰਦਗੀ ਖਰਾਬ ਹੋਵੇ। ਲਿਖੋ, ਇਸ ਲਿਖਤ 'ਚ ਲਿਖੋ, ਅਜੈਬ ਸਿੰਘ ਨੇ ਟਾਲੀ ਵੀ ਗੁਰਜੰਟ ਸਿੰਘ ਨੂੰ ਦਿੱਤੀ। ਸ਼ਾਬਾਸ਼ ਪੁੱਤਰਾ। ਰੁਕ ਬਈ ਤਾਰਾ ਸਿਆਂ, ਹੁਣ ਕੀ ਹੋਇਆ? ਵੇਖ ਜੈਪ ਸਿਆਂ, ਬਹੁਤੀ ਵਾਰੀ ਖੇਤ ਬੰਨੇ ਦੇ ਝਗੜੇ, ਦੋ ਗਿੱਠਾਂ ਜ਼ਮੀਨ, ਵੱਟਾਂ ਦੀਆਂ ਟਾਹਲੀਆਂ ਕਿੱਕਰਾਂ ਜਾਂ ਪਾਣੀ ਦੀ ਵਾਰੀ ਦੇ ਦੋ ਮਿੰਟਾਂ ਦੇ ਨਹੀਂ ਹੁੰਦੇ। ਇਹ ਝਗੜੇ ਹੁੰਦੇ ਆ ਹੈਂਕੜ ਦੇ, ਧੌਣ ਦੇ ਕਿੱਲਿਆਂ ਦੇ, ਅਤੇ ਧੌਣ ਦੇ ਇਹਨਾਂ ਕਿੱਲਿਆਂ ਨੇ ਪਤਾ ਨਹੀਂ ਕਿੰਨੇ ਕਤਲ ਕਰਵਾ ਕੇ ਕਿੰਨੇ ਘਰ ਉਜਾੜਤੇ। ਆਪਣਾ ਵੀ ਤਾਂ ਆਹੀ ਸੀ ਨਾ, ਤੂੰ ਪੋਲਾ ਪੈ ਕੇ ਰਾਜੀ ਸੀ ਅਤੇ ਨਾ ਮੈਂ। ਪਰ ਭਰੀ ਪੰਚਾਇਤ 'ਚ ਮੈਂ ਵੀ ਇਹ ਜ਼ਬਾਨ ਕਰਦਾ ਕਿ ਵੱਟ ਦੀ ਦੂਜੀ ਟਾਹਲੀ ਦਾ ਵਾਰਸ ਤੇਰਾ ਮੁੰਡਾ ਹੋਊਗਾ। ਲਓ ਵੀ ਖਤਮ ਰੇੜਕਾ ਤੇ ਮੁੱਕੀ ਹੈਂਕੜ। ਉਹ ਕੁਛ ਵੀ ਆ ਬਾਈ, ਤੁਸੀਂ ਗੁਣ ਗਾਓ ਬਾਈ ਧਰਮ ਸਿਉਂ ਦੇ, ਤੁਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ। ਤੁਹਾਡੇ ਦੇਣਦਾਰ ਹਾਂ ਸਰਦਾਰ ਸਾਹਿਬ, ਪਰ ਗੁੱਸੇ 'ਚ ਆ ਕੇ ਪਤਾ ਨਹੀਂ ਕੀ ਕੁਛ ਉੱਚਾ ਨੀਵਾਂ ਬੋਲ ਕੇ ਬਖਸ਼ ਦੇਣਾ ਆਪਦੇ ਬੱਚੇ ਜਾਣ ਕੇ। ਦੇਖ ਗੁਰਜੰਟ ਸਿਆਂ, ਜੇ ਤੁਸੀਂ ਮੈਨੂੰ ਇੰਨਾ ਹੀ ਮਾਣ ਬਖਸ਼ਦੇ ਜੇ ਤਾਂ ਤੁਹਾਨੂੰ ਦੋਵਾਂ ਨੂੰ ਮੇਰੇ ਨਾਲ ਇੱਕ ਵਾਅਦਾ ਕਰਨਾ ਪਵੇਗਾ। ਸੋ ਵਾਅਦਾ ਮਨਜ਼ੂਰ, ਦੱਸੋ ਜੀ ਕਿਹੜਾ ਵਾਅਦਾ? ਤੁਹਾਡੇ ਦੋਵਾਂ 'ਚੋਂ ਕੋਈ ਵੀ ਉਹਨਾਂ ਟਾਲੀਆਂ 'ਤੇ ਕੁਹਾੜਾ ਨਹੀਂ ਚਲਾਏਗਾ। ਸਰਦਾਰ ਸਾਹਿਬ, ਇਹ ਵੀ ਜਵਾਨ ਰਹੀ ਕਿ ਇਹ ਟਾਲੀਆਂ ਆਪਣੀ ਉਮਰ ਹੰਢਾ ਕੇ ਡਿੱਗਣਗੀਆਂ, ਸਾਡੇ ਕੁਹਾੜਿਆਂ ਨਾਲ ਨਹੀਂ। ਸ਼ਾਬਾਸ਼ ਜਵਾਨਾ। ਬਾਪੂ ਜੀ, ਤੁਸੀਂ ਜਦੋਂ ਦੁਬਾਰਾ ਆਉਂਗੇ ਨਾ, ਇਸ ਵੱਟ 'ਤੇ ਇੱਕ ਨਹੀਂ 100 ਟਾਲੀਆਂ ਹੋਣਗੀਆਂ, 100। ਵਾਹ, ਆਹ ਕੀਤੀ ਨਾ ਮਰਦਾਂ ਵਾਲੀ ਗੱਲ, ਫਿਰ ਦੇਰ ਕਰਦੀ ਆ, ਰੱਖੋ ਗੱਲ।